ਸੋ ਹੈ ਗਾਈਸ, ਕੀ ਹਾਲ ਚਾਲ ਹੈ? ਸਤਿ ਗੁਰੂ ਸਾਰੇ ਵਧੀਆ ਹੋਵੋਗੇ। ਬਗਦਾਦੀ ਬਾਈ ਦਾ ਇੱਕ ਹੋਰ ਗੀਤ ਆ ਗਿਆ ਜੀ, ਗੋਲੀ ਵਰਸਸ ਡੈਸ। ਮੈਂ ਲੱਗਦਾ ਇਹਦੇ 'ਚ ਬਾਈ ਨਾ ਕੋਈ ਲਾਈਕ ਗੱਲਾਂ ਕਿਸੇ ਨੂੰ ਸੁਣਾਈਆਂ ਹੋਣਗੀਆਂ, ਕਿਉਂਕਿ ਗੋਲੀ ਵਰਸਸ ਡੈਸ ਇੱਕ ਬਹੁਤ ਐਸਾ ਨਾਮ ਆ ਜਿਹਨੂੰ ਸੁਣ ਕੇ ਹੀ ਫੀਲ ਹੋ ਰਿਹਾ ਕਿ ਲਾਈਕ ਸਬਨਿਮਲ ਸ਼ੋਟਸ ਜਾਂ ਕੁਛ ਤੇ ਜਾਂਦਾ ਕਿਸੇ ਨਾ ਕਿਸੇ ਦਾ ਲਈਆਂ ਹੋਣਗੀਆਂ। ਮਿਊਜ਼ਿਕ ਬਾਏ ਟ੍ਰੈਪ ਬੀਟਸ, ਵਿਜੂਅਲਸ ਫਰੈਂਕਲਿਨ ਕ੍ਰੀਏਟਿਵ। ਲੈਟਸ ਚੈੱਕ ਇਟ। ਓਕੇ, ਛੜਕਦੇ ਜੋ ਘੱਟ ਦਸ ਤੋਲਿਆਂ ਤੋਂ ਨੀ, ਅਜੇ ਸਾਰੇ ਜ਼ੁਬਾਨਾਂ ਤੋਂ ਕੰਮ ਲਿਆ ਡੋਲਿਆਂ ਤੋਂ ਨੀ, ਜੋ ਰੜਕਦੇ ਅੱਖਾਂ ਨੂੰ ਕਬਰਾਂ ਤੱਕ ਨਾ ਛੱਡੀਏ ਪਿੱਛਾ, ਇੱਥੇ ਗੋਲੀ ਵੱਜਦੀ ਏ ਸਾਡੇ ਘੱਟ ਵੱਜਦੀਆਂ ਟਿੱਸਾ। ਓਕੇ ਓਕੇ, ਇਹ ਮਤਲਬ ਇੱਕ ਤਰੀਕੇ ਨਾਲ ਜਿਹੜੇ ਲਾਈਕ ਬਾਹਰ ਡਿਸ ਕਲਚਰ ਜਿਹਾ ਚੱਲ ਰਿਹਾ ਉਸ ਚੀਜ਼ ਦੀ ਬਾਈ ਨੇ ਅਸਲੀਅਤ ਖੋਲਤੀ ਕਿ ਸਾਡੇ ਤਾਂ ਇੱਥੇ ਸਿੱਧੀਆਂ ਗੋਲੀਆਂ ਹੀ ਵੱਜਦੀਆਂ, ਸਾਡੇ ਡਿਸ ਡੁਸ ਨਹੀਂ ਕਰਦੇ ਹੈਗੇ। ਇੱਥੇ ਗੋਲੀ ਵੱਜਦੀ ਏ ਸਾਡੇ ਘੱਟ ਵੱਜਦੀ ਆ ਟਿੱਸਾ, ਸਾਡੀ ਹਿਸਟਰੀ ਬੋਲ ਲਵੀ ਜੇ ਸ਼ੱਕ ਦਿਲਾਂ ਵਿੱਚ ਆ ਜੇ, ਅਸੀਂ ਠੋਕੀਏ ਵੈਰੀ ਨੂੰ ਵਿਦੇਸ਼ਾਂ ਵਿੱਚ ਜਾ ਜਾ ਕੇ, ਦੈਟਸ ਊਧਮ ਸਿੰਘ, ਦੇਖ ਲਿਓ ਹੋ ਹੈ ਕੇ ਮਾੜਾ ਦੇਖ ਲਿਓ, ਜਿਹਦੀ ਹੋਵੇ ਮਰਨ ਦੀ ਇੱਛਾ ਇੱਥੇ ਗੋਲੀ ਵੱਜਦੀ ਏ ਸਾਡੇ ਘੱਟ ਵੱਜਦੀ ਆ ਟਿੱਸਾ, ਇੱਥੇ ਗੋਲੀ ਵੱਜਦੀ ਏ ਸਾਡੇ ਘੱਟ ਵੱਜਦੀ ਆ ਇੱਥੇ ਜਣਾ ਘਣਾ ਸਿੱਧੂ। ਲਾਈਕ ਇਹ ਗਾਣਾ ਮੈਨੂੰ ਪਤਾ ਸਿੱਧੂ ਬਾਈ ਦੀ ਗੱਲ ਹੋਣ ਲੱਗੀ, ਉਸ ਤੋਂ ਪਹਿਲਾਂ ਆਪਾਂ ਗੱਲ ਨਿਬੇੜ ਦਈਏ। ਉਹ ਚੀਜ਼ ਹੈਗੀ ਹੈ ਕਿ ਨਾ ਇਹ ਗਾਣੇ 'ਚ ਨਾ ਇਹ ਚੀਜ਼ ਸੁਣਾਤੀ ਬਾਈ ਨੇ ਇੱਕ ਤਰੀਕੇ ਨਾਲ ਕਿ ਇਹ ਬੱਚਿਆਂ ਇਹ ਵਾਲੇ ਕੰਮ ਹੁੰਦੇ ਆ, ਰਹਿਣ ਦਿਆ ਕਰੋ, ਠੀਕ ਹੈ ਉਹ ਚੀਜ਼ਾਂ ਕਹਿ ਜੇ ਇੱਕ ਮਤਲਬ ਚਲੋ ਗੱਲ ਉਹੀ ਆ ਜਾਂਦੀ ਹੈ ਬੀ ਸੇਫ, ਬਟ ਸਟਿਲ ਇਹ ਗੱਲ ਹੈਗੀ ਆ, ਸੱਚ ਹੈਗੀ ਆ ਕਿ ਆਪਣੇ ਪੰਜਾਬ 'ਚ ਇੰਨਾ ਕਲਚਰ ਹੈ ਨਹੀਂ ਡਿਸ ਦਾ, ਹੁਣ ਭਾਵੇਂ ਹੋ ਗਿਆ ਥੋੜ੍ਹਾ ਗਾਣਿਆਂ 'ਚ ਲੜਨ ਲੱਗ ਪਏ, ਅਤੇ ਬਟ ਮੈਨੂੰ ਤਾਂ ਲੱਗ ਰਿਹਾ ਸ਼ਾਇਦ ਡੀ ਐੱਚ ਐੱਚ ਨੂੰ ਤਾਂ ਨਹੀਂ ਸੁਣਾਤਾ ਕਿਤੇ ਇਹ ਚੀਜ਼। ਗੋਲੀ ਵੱਜਦੀ ਏ ਸਾਡੇ ਘੱਟ ਵੱਜਦੀ ਆ ਇੱਥੇ, ਜਣਾ ਖਣਾ ਸਿੱਧੂ ਭਾ ਬਣਨ ਦੀ ਕੋਸ਼ਿਸ਼ ਕਰਨ ਡਿਆ, ਲੋਕੀ ਸੋਚਦੇ ਕੰਪੀਟੀਸ਼ਨ ਮੁੱਕ ਲਿਆ, ਤੇ ਭਾ ਦੇ ਜਾਣ ਤੋਂ ਬਾਅਦ ਅੱਜ ਉਹ ਵੀ ਟ੍ਰਿਬਿਊਟ ਦੇਣ ਡੇ ਜਿਹੜੇ ਭਾ ਦੇ ਟਾਈਮ ਉਹਨਾਂ ਨੂੰ ਨਿੰਦੀ ਜਾਣ ਡੇ। ਗੱਲ ਪੱਕੀ ਆ, ਗੱਲ ਪੱਕੀ ਆ ਕਿ ਅੱਜ ਤੁਹਾਨੂੰ ਬੜਾ ਮਤਲਬ ਉਹ ਬੰਦੇ 'ਤੇ ਤਰਸ ਆਉਣ ਡਿਆ, ਬੜਾ ਤਰਸ ਨਹੀਂ, ਬੜਾ ਤੁਹਾਨੂੰ ਪਿਆਰ ਆਉਣ ਡਿਆ, ਜਾਂ ਤੁਹਾਨੂੰ ਉਹ ਬੰਦੇ 'ਤੇ ਬੜਾ ਇੱਦਾਂ ਫੀਲ ਹੁੰਦਾ ਕਿ ਯਾਰ ਚੰਗਾ ਸੀ, ਤੇ ਚੰਗਾ ਸੀ ਤਾਂ ਤੁਹਾਨੂੰ ਉਦੋਂ ਕਿਉਂ ਨੀ ਚੰਗਾ ਲੱਗਾ। ਬੜੇ ਆਰਟਿਸਟ ਇਹੋ ਜਿਹੇ ਬਹੁਤ ਨੇ। ਕੋਈ ਮੰਗਦਾ ਸੀ ਕਲੈਬ ਯਾਰ ਤੋਂ, ਕੋਈ ਮੰਗਦਾ ਸੀ ਫਿਰੌਤੀ, ਅਲਟਰਨੇਟਿਵ ਭੈਣ ਕੇਸ ਤੇ ਖਤਰਾ ਜਾਣ ਤੇ ਰੋਜੀ, ਬਹਿਮ ਜਾ ਕੱਢਣਾ ਕੀਲਾ ਸਾਨੂੰ ਤੜਕੇ ਆਣ ਮਿਲੋ ਜੀ, ਜਦੋਂ ਤੱਕ ਮੈਂ ਕੈਸਕਿੱਟ ਵਿੱਚ ਨਹੀਂ ਆਮ ਸਟਿਲ ਲੰਨੋ ਜੀ, ਉੱਡਦੇ ਵੈਰੀ ਸੁਪਨਾ ਕਾਲੀ ਰੇਂਜ ਦਾ ਤੱਕੇ, ਫਿਰ ਨਾ ਆ ਜੇ ਐਂਟੀ ਬੈਠੇ ਕਬਰ ਤੇ ਅੱਖਾਂ ਰੱਖ ਕੇ, ਜਾਣ ਬਾਅਦ ਕੀ ਹੋਇਆ ਫਿਰ ਨਾ ਜੇ ਮੁੜ ਕੇ ਕਾਲੀ ਰੇਂਜ, ਠੀਕ ਹੈ ਹਰ ਚੀਜ਼ ਦੀ ਗੱਲ ਕਰ ਰਿਹਾ, ਫਿਰ ਨਾ ਜੇ ਮੁੜ ਕੇ ਲੋਕੀ ਕਵਰਾਂ ਤੇ ਵੀ ਅੱਖ ਰੱਖੀ ਫਿਰਦੇ ਵੈਰੀ, ਇਨਫੋ ਸਾਰੀ ਬੈਠਾ ਦੱਬ ਕੇ ਜੇ ਅੰਬਰਾਂ ਵਿੱਚੋਂ ਲਾਈਵ ਹੋ ਗਿਆ, ਖੋਲ ਦੂ ਚਿੱਠੇ ਸਾਹਿਬ ਦੇ, ਆਹਾ ਕਮਰਸ਼ੀਅਲ ਆਰਟਿਸਟ ਪ੍ਰਿੰਟ ਦੇ ਜੋ ਨਾਮ ਟਪਾਉਂਦੇ ਬਲੂਜ਼ ਦਾ, ਜਦੋਂ ਐਲਬਮ ਗਾਣੇ ਸਭ ਫਲੋਪ, ਫਿਰ ਪਾਉਂਦੇ ਨਾਮ ਨੇ ਮੂਸ ਦਾ, ਕੰਪੇਅਰ ਕਰੇ ਕੋਈ ਸਿੱਧੂ ਨਾ ਕੋਈ ਕਹਿੰਦਾ ਸਿੱਧੂ ਬਾਜੀ ਬੋ, ਐਸਾ ਹੀ ਮਾਰ ਕੇ ਚੜਿਆ ਤੂੰ ਵੱਡਿਆਂ ਨੂੰ ਭਰਾਵਾ ਨਾ ਹੀ ਬੋਲ, ਓਕੇ 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 ਓਕੇ, ਕੋਈ ਸਿੱਧੂ ਕਹਿੰਦਾ ਕੋਈ ਸਿੱਧੂ ਕਹਿੰਦਾ ਭਾਜੀ ਬੋਲ, ਠੀਕ ਹੈ ਇੱਦਾਂ ਕਰਕੇ ਡਿੱਸਾ ਮਾਰ ਕੇ ਚੜਿਆ ਤੂੰ, ਠੀਕ ਹੈ
ਉਸ ਬੀਫ ਦੀ ਵੀ ਗੱਲ ਹੋਈ ਹੈ ਕਿ ਵਿੱਚ ਤੇ ਸਪ੍ਰਿੰਟ ਤੇ ਜੋ ਨਾਮ ਟਪਾਉਂਦੇ ਬਲੂਸ ਦਾ ਜਦੋਂ ਐਲਬਮ ਗਾਣੇ ਸਭ ਫਲੋਪ ਫਿਰ ਪਾਉਂਦੇ ਨਾਮ ਨੇ ਮੂਸ ਦਾ ਕੰਪੇਅਰ ਕਰੇ ਕੋਈ ਸਿੱਧੂ ਨਾ ਕੋਈ ਕਹਿੰਦਾ ਸਿੱਧੂ ਬਾਜੀ ਬੋ ਆਊਟ ਸਾਈ ਮਾਰ ਕੇ ਚੜਿਆ ਤੂੰ ਵੱਡਿਆਂ ਨੂੰ ਭਰਾਵਾ ਨਾ ਹੀ ਬੋਲ ਤੇ ਜਣਾ ਘਣਾ ਸਿੱਧੂ ਭਾ ਬਣਨ ਦੀ ਕੋਸ਼ਿਸ਼ ਕਰਨ ਡਿਆ ਪਰ ਉਹਦੇ ਵਰਗਾ ਤਾਂ ਉਹਦੇ ਮਾਪਿਆਂ ਤੋਂ ਵੀ ਦੂਜਾ ਬਣਾਇਆ ਨਹੀਂ ਗਿਆ ਸੀਤੀ ਦਾ ਨਾਂ ਲੈਣ ਦੇ ਉਹ ਗਾਣਿਆਂ 'ਚ ਹਿੱਟ ਹੋਣ ਲਈ ਜਿੰਨਾ ਸੱਚ ਉਹਨੇ 1295 'ਚ ਲਿਖਿਆ ਇੰਨਾ ਸੱਚ ਸਾਰੀ ਇੰਡਸਟਰੀ 'ਚ ਕਿਸੇ ਤੋਂ ਗਾਇਆ ਨਹੀਂ ਗਿਆ ਓ ਯਾਰ ਫੈਕਟ ਬਰੋ ਫੈਕਟ ਯਾਰ ਬਹੁਤ ਖਤਰਨਾਕ ਗੀਤ ਆ ਬਹੁਤ ਘੈਂਟ ਗੀਤ ਆ ਯਾਰ ਵੇਖਿਆ ਨਹੀਂ ਜਿੰਨਾ 2 ਸਾਲਾਂ 'ਚ ਕਮਾ ਕੇ ਗਿਆ ਉਹ ਤੁਸੀਂ ਉਹਨਾਂ ਵੇਖਿਆ ਨਹੀਂ ਜਿੰਨਾ 2 ਸਾਲਾਂ 'ਚ ਕਮਾ ਕੇ ਗਿਆ ਉਹ ਯਾਰ ਮੈਂਸ਼ਨਾ ਮੈਂਸ਼ਨ ਹਵੇਲੀ ਵੀ ਤਰੀਕੇ ਦੀ ਮੈਂਸ਼ਨ ਨਹੀਂ ਹੁੰਦੀ ਮੈਂਸ਼ਨਾ ਪਾ ਗਿਆ ਉਹੀ ਅਗਲਾ ਮਰੀ ਹੋਈ ਜ਼ਮੀਰਾਂ ਨੂੰ ਵੀ ਗੈਰਤ ਤਾਂ ਪਾਠ ਵੀ ਪੜਾ ਕੇ ਗਿਆ ਹਾਂ ਹਉ ਕਫਨ ਸਜਾ ਕੇ ਮੱਥੇ ਉੱਤੇ ਫਿਰਦਾ ਸੀ ਕੱਲਾ ਪਿੰਡ 'ਚ ਹੁੰਦਾ ਬੁੱਝ ਦਿਲ ਤੁਹਾਡੇ ਵਾਂਗੂ ਵਸ ਜਾਂਦਾ ਕਦੋਂ ਦਾ ਦੁਬਈ ਜਾ ਕੇ ਉਹ ਕੀ ਇਜ਼ ਇਟ ਫਾਰ ਕਰਨ ਔਜਲਾ ਜਾਂ ਲਾਈਕ ਹਨੀ ਸਿੰਘ ਜਿਵੇਂ ਹਨੀ ਸਿੰਘ ਨੂੰ ਵੀ ਧਮਕੀ ਆਈ ਸੀਗੀ ਹੈ ਨਾ ਤਾਂ ਉਹ ਵੀ ਦੁਬਈ ਚਲਾ ਗਿਆ ਹੋਗਾ ਓਕੇ ਬਗਦਾਦੀ ਤਾਂ ਬੜਾ ਗੁੱਸੇ ਚੱਲਿਆ ਯਾਰ ਐਤਕੀ ਇਹ ਜਿਨ੍ਹਾਂ ਦੇ ਗਾਣੇ ਨਹੀਂ ਚੱਲਣੇ ਤੇ ਆਪਣੀ ਬੀਮਾ 'ਚ ਸਿੱਧੂ ਬਾਈ ਦਾ ਨਾਂ ਲੈਣ ਦੇ ਨੇ ਬਸ ਫੇਮ ਲਈ ਉਹਨਾਂ ਲਈ ਸਿਰਫ ਇੱਕੋ ਗੱਲ ਆ ਮੇਰੇ ਕੋਲ ਕਿ ਜਦੋਂ ਹੱਡਾਂ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋ ਜੇ ਫਿਰ ਤਾਂ ਬਸ ਦੇਸੀ ਘਿਓ ਹੀ ਯਾਦ ਆਉਂਦਾ ਕਿ ਜਦੋਂ ਬੱਚਿਆਂ ਤੋਂ ਕੱਖ ਨਾ ਪਟਿਆ ਜਾ ਸਕੇ ਡਾਰਲਿੰਗ ਉਦੋਂ ਫਿਰ ਹੱਥ 'ਚ ਪਿਓ ਹੀ ਯਾਦ ਆਉਂਦਾ ਟੈਟੂ ਵਾਲਾ ਗਾਣਾ ਮੂਸ ਨਾਈਸ ਵਧੀਆ ਗੀਤ ਬਹੁਤ ਪਿਆਰਾ ਗੀਤ ਅਤੇ ਬਾਈ ਕਾਫੀ ਹੱਦ ਤੱਕ ਸੱਚ ਬੋਲ ਗਿਆ ਕਾਫੀ ਹੱਦ ਤੱਕ ਐਸੀਆਂ ਗੱਲਾਂ ਸੁਣਾ ਗਿਆ ਜਿਹੜੀਆਂ ਕਿਤੇ ਨਾ ਕਿਤੇ ਜ਼ਰੂਰੀ ਸੀਗੀਆਂ ਇਹ ਇਹ ਆਪਾਂ ਕਹਿ ਸਕਦੇ ਹਾਂ ਕਿ ਦਿਸ ਵਾਜ ਅ ਗੁੱਡ ਟ੍ਰਿਬਿਊਟ ਟੂ ਸਿੱਧੂ ਬਾਈ ਲਾਈਕ ਉਸ ਬੰਦੇ ਦੇ ਲੈਵਲ 'ਤੇ ਜਾ ਕੇ ਟ੍ਰਿਬਿਊਟ ਕੀਤਾ ਬੰਦੇ ਨੇ ਨਾਈਸ ਯਾਰ ਲੈਵਲ ਇਨ ਦਾ ਸੈਂਸ ਇਹ ਨਹੀਂ ਕਿ ਚਲੋ ਸਿੱਧੂ ਬਾਈ ਜੋਗਾ ਹੋ ਗਿਆ ਮਤਲਬ ਉਹ ਕਹਿ ਰਿਹਾ ਮੈਂ ਕਿ ਲੈਵਲ ਇਨ ਦਾ ਸੈਂਸ ਕਿ ਬਾਈ ਨੇ ਉਸ ਤਰੀਕੇ ਦਾ ਐਂਕਰ ਜਾਂ ਉਸ ਤਰੀਕੇ ਦੀ ਬੀਟਸ ਜਾਂ ਉਸ ਤਰੀਕੇ ਦਾ ਮਤਲਬ ਉਹ ਇੱਕ ਲਿਆਉਣ ਦੀ ਕੋਸ਼ਿਸ਼ ਕੀਤੀ ਬਾਈ ਨੇ ਹੈ ਨਾ ਕਿ ਮਤਲਬ ਜਿਵੇਂ ਕਿਵੇਂ ਸਮਝਾਵਾਂ ਹੁਣ ਮੈਂ ਕਿ ਹਾਂ ਯਾਰ ਉਹਦੇ ਵਰਗੀ ਫੀਲ ਜਿਹੀ ਦਵਾ ਕੇ ਥੋੜ੍ਹਾ ਜਿਵੇਂ ਬਾਈ ਗੁੱਸੇ 'ਚ ਆਉਂਦਾ ਹੁੰਦਾ ਸੀਗਾ ਪੂਰੇ ਐਨ ਸੁਣਾਉਂਦਾ ਸੀਗਾ ਵਧੀਆ ਤਰੀਕੇ ਨਾਲ ਬੀਟ ਫਲੋਸ ਚੇਂਜ ਹੋਣਾ ਸਲੋ ਫਿਰ ਫਾਸਟ ਸੀਗਾ ਉਸ ਤਰੀਕੇ ਨਾਲ ਉਹ ਵਾਲੇ ਤਰੀਕੇ ਨਾਲ ਕਹਿ ਰਿਹਾ ਮੈਂ ਬਾਕੀ ਸਿੱਧੂ ਬਾਈ ਦੇ ਲੈਵਲ 'ਤੇ ਕੋਈ ਨਹੀਂ ਨਾ ਕੋਈ ਆ ਸਕਦਾ ਸਤਿ ਸ਼੍ਰੀ ਅਕਾਲ